ਲੈ ਦੱਸ, ਇੱਕੋ ਇੱਕ ਗਵਾਹ ਸੀ, ਕਹਿੰਦੇ ਸਾਲਾ ਉਹ ਵੀ ਫਾਹਾ ਲੈ ਕੇ ਮਰ ਗਿਆ ਹੈ, ਅਤੇ ਨਾਲੇ ਜਾਂਦਾ ਜਾਂਦਾ ਚਿੱਠੀ ਵੀ ਲਿਖ ਗਿਆ ਵੀ ਜੰਗ ਸਿੰਘ ਦਾ ਕਤਲ ਉਹਨੇ ਸੰਘੇ ਦੇ ਕਹਿਣ 'ਤੇ ਕੀਤਾ ਸੀ। ਗਵਾਹ ਨੇ ਫਾਹਾ ਨਹੀਂ ਲਿਆ, ਉਹਦਾ ਕਤਲ ਹੋਇਆ। ਪਰ ਮੁੱਕਦੀ ਗੱਲ ਤਾਂ ਇਹ ਹੈ ਵੀ ਹੁਣ ਤੁਹਾਡੇ ਕੋਲ ਜੱਟ ਦੇ ਖਿਲਾਫ ਕੋਈ ਵੀ ਗਵਾਹ ਨਹੀਂ ਹੈਗਾ। ਇੱਕ ਗਵਾਹ ਮਾਰਨ ਨਾਲ ਕੀ ਹੁੰਦਾ, ਰਾਤੋ ਰਾਤ 100 ਗਵਾਹ ਖੜੇ ਕਰ ਦੇਣਗੇ ਸੰਘਾ ਸਾਹਿਬ। ਜਾ ਕੇ ਚੈੱਕ ਕਰ ਲਿਓ ਵੀ ਗੋਲੀ ਸੰਘੇ ਦੀ ਪਿੱਠ 'ਤੇ ਵੱਜੀ ਹੈ ਕਿ ਹਿੱਕ 'ਤੇ। ਅਤੇ ਜੇ ਗੋਲੀ ਹਿੱਕ 'ਤੇ ਵੱਜੀ ਹੋਈ ਨਾ, ਤਾਂ ਇਹਦਾ ਮਤਲਬ ਇਹ ਹੈ ਕਿ ਕਿਸੇ ਨੇ ਤੁਹਾਡੇ ਬੁੜੇ ਸੰਘੇ ਦਾ ਸ਼ਰੇਆਮ ਕਤਲ ਕੀਤਾ, ਨਾ ਕਿ ਜੰਗ ਸਿੰਘ ਵਾਂਗੂ ਉਹਦੀ ਪਿੱਠ 'ਤੇ ਗੋਲੀ ਮਾਰ ਕੇ ਉਹਨੂੰ ਧੋਖੇ ਨਾਲ ਮਾਰਿਆ।